ਆਮ ਆਦਮੀ ਪਾਰਟੀ ਕਿਤੇ ਕਾਂਗਰਸ ਦੀ ਪਾਰਟੀ ਤਾਂ ਨਹੀਂ? ਕੇਜਰੀਵਾਲ ਕਿਤੇ ਸੋਨੀਆ ਗਾਂਧੀ ਦਾ ਪਰਛਾਵਾਂ ਤਾਂ ਨਹੀਂ? ਕਿਉਂਕਿ ਪਰਛਾਵੇਂ ਕਦੇ ਬੋਲਦੇ ਨਹੀਂ ਹੁੰਦੇ, ਸਮਝੇ ਨੇ? ਲਓ ਫਿਰ ਮੈਂ ਸਮਝਾਉਣਾ। ਜਦੋਂ ਦੇ ਕੇਜਰੀਵਾਲ ਸਾਹਿਬ ਸੱਤਾ ਵਿੱਚ ਆਏ ਨੇ ਉਦੋਂ ਦੇ ਇੱਕ ਵਾਰ ਵੀ ਸੋਨੀਆ ਗਾਂਧੀ ਖਿਲਾਫ ਨਹੀਂ ਬੋਲੇ, ਇੱਕ ਲਫ਼ਜ਼ ਵੀ ਨਹੀਂ। ਚਾਹੇ ਉਹ ਨੈਸ਼ਨਲ ਹੈਰਾਲਡ ਘਟਾਲਾ ਹੋਵੇ ਜਾਂ ਫਿਰ ਬੋਫੋਰਸ ਜਾਂ 2G ਜਾਂ CW ਜਾਂ ਕੋਇਲਾ ਜਾਂ ਫਿਰ ਸੋਨੀਆ ਗਾਂਧੀ ਦੇ ਵਿਦੇਸ਼ੀ ਦੌਰੇ 'ਤੇ ਆਏ ਕਰੋੜਾਂ ਰੁਪਏ ਦੇ ਖਰਚੇ, ਫਿਰ ਵੀ ਕੇਜਰੀਵਾਲ ਸਾਹਿਬ ਕੁਝ ਨਹੀਂ ਬੋਲੇ। ਇੱਥੋਂ ਕੁਝ ਸ਼ੱਕ ਜਿਹਾ ਨਹੀਂ ਹੁੰਦਾ? ਸ਼ੱਕ ਯਕੀਨ 'ਚ ਉਦੋਂ ਬਦਲ ਜਾਂਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਨੇ ਰਾਏਬਰੇਲੀ ਜਾ ਕੇ ਸੋਨੀਆ ਗਾਂਧੀ ਦੀ ਪੋਲ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੰਨੋ ਜਾਂ ਨਾ ਮੰਨੋ, ਅੰਦਰੋਂ ਅੰਦਰੀ ਕੋਈ ਨਾ ਕੋਈ ਖਿਚੜੀ ਤਾਂ ਜ਼ਰੂਰ ਪੱਕ ਰਹੀ ਹੈ। ਬਾਕੀ ਚੋਣਾਂ ਆਉਣ 'ਤੇ ਪਤਾ ਤਾਂ ਲੱਗ ਹੀ ਜਾਵੇਗਾ।